ਏ ਆਕਾਸ਼वाणी ਜੰਮੂ ਹੈ ਡੋਗਰੀ ਖਬਰ ਜਤੋਂ ਦਾ ਸਵਾਗਤ ਹੈ ਪਹਿਲਾ ਖਾਸ ਖਬਰیں ਕੰਨਾ ਮੈਂ ਨਰੇਸ਼ ਸ਼ਰਮਾ ਉਪਰ ਰਾਜਪਾਲ ਮਨੋਜ सिन्हा ਹੋਰੇ ਕੋਵਿਡ ਟਾਸਕ ਫੋਰਸ ਡਿਪਟੀ ਕਮਿਸ਼ਨਰ ਹੈ ਤੇ ਪੁਲਿਸ ਦੇ ਸੁਪਰਿੰਟੈਂਡੈਂਟ ਕੰਨਾ ਬੈਠਕਾਂ ਲਾਈਆਂ ਤੇ ਅਧਿਕਾਰੀਆਂ ਗੀ ਮਜ਼ਬੂਤ ਸੁਰਸਤੇ ਰਹਿਣ ਲੋਕਾਂ ਦੇ ਜੀਵਨ ਤੇ ਜੀਵਿਕਾ ਦੀ ਰੱਖਿਆ ਕਰਨ ਦੇ ਨਿਰਦੇਸ਼ ਦਿੱਤੇ ਹਨ ਪੁਲਿਸ ਦੇ ਮਹਾਨ ਨਿਰਦੇਸ਼ਕ ਦਿਲਬਖ ਸਿੰਘ ਹੋਰੇ ਆਖਿਆ ਜੀ ਆਸ ਇੱਕ ਨਵੇਂ ਮੁਕਾਮ ਪਰਾਈ ਪੁੱਜੇ ਹਾਂ ਜਿੱਥੇ ਆਤੰਗਵਾਦ ਦੀ ਪੂਰੀ ਚਾਲੀ ਖਤਮ ਕਰਨੇ ਤੇ ਜੰਮੂ ਕਸ਼ਮੀਰ ਚ ਸਥਾਈ ਸ਼ਾਂਤੀ ਬਹਾਲ ਕਰਨੇ ਵਾਸਤੇ ਥੋੜੇ ਹੋਰ ਯਤਨ ਕਰਨੀ ਦੀ ਲੋੜ ਹੈ ਭਾਰਤ ਤੇ ਚੀਨ ਪੂਰਬੀ ਲਦਾਖ ਚ ਅਸਲ ਕਬਜ਼ਾ ਰੇਖਾ ਪਰ ਬਾਕੀ ਬਚੇ ਦੇ ਮਸਲੇ ਦਾ ਤੌਲੇ ਸਮਾਧਾਨ ਕਰਨੇ ਦੀ ਜ਼ਰੂਰਤ ਉੱਪਰ ਸਹਿਮਤ ਹੋਏ ਹਨ ਜੰਮੂ ਕਸ਼ਮੀਰ ਸਰਕਾਰ ਨੇ ਕਬੀਲਾ ਇਲਾਕਿਆਂ ਚ ਸੰਗਠਿਤ ਗ੍ਰਾਮੀਣ ਵਿਕਾਸ ਸਕੀਮ ਲਾਗੂ ਕਰਨੇ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਬਿਜਲੀ ਵਿਕਾਸ ਵਿਭਾਗ ਦੇ ਅਸਾਇਆ ਮੁਆਇਨੇ ਤੇ ਸਰਟੀਫਿਕੇਟ ਜਾਰੀ ਕਰਨੇ ਦਾ ਸਾਰਾ ਕੰਮ ਤੌਲਿੰਗ ਆਨਲਾਈਨ ਕਰ ਦਿੱਤਾ ਜਾਗ ਇੱਕ ਅਪੀਲ ਰਾਸ਼ਡਨਾ 18 ਬਰੇ ਕੁਲਾ ਮਤੀ ਬਰੇਸੂ ਦੇ ਲੋਕਿੰਗਿਤ 21 ਜੂਨ 2021 ਸਮਾਂ ਸਰਕਾਰੀ ਕੇਂਦਰਾਂ ਚ ਮੁਫਤ ਕੋਵਿਡ-19 ਟੀਕਾਕਰਨ ਆਭਿਆਨ ਚ ਤੇਜ਼ੀ ਲੈ ਜਾਂਦੀ ਹੈ ਆਸੇ ਯੁਵਾ ਸ਼ਰੋਤਾएंगेसलाह ਦਿੰਨੇ ਆ ਜਿਉ ਟੀਕਾ ਲਵਾਈ ਲੈਣ ਸਾਡੇ ਸ਼ਰੋਤਾएंगे ਵੀ ਸਲਾਹ ਦਿੱਤੀ ਜਾਂਦੀ ਹੈ ਜਿਉ ਸੁਰੱਖਿਆ ਪਾਉਣ ਚ ਕਮੀ ਨਹੀਂ ਕਰਨ ਕਿ ਜੇ ਕੋਵਿਡ 19 ਦਾ ਸਾਡੇ ਜਿੰਦੂ ਉਪਰ ਖਤਰਾ ਅਜੇ ਵੀ ਬਣਿਆਦਾ ਮਿਹਰਬਾਨੀ ਕਰੀਏ ਜੇਕਰ ਬਾਹਰ ਜਾਣਾ ਅਤ ਜ਼ਰੂਰੀ ਨਹੀਂ ਹੈ ਵਾ ਤਾਂ ਘਰ ਗੇ ਰਵੋ ਤੇ ਚਾਰ ਸਖਾਲੇ ਉਪਾਅ ਜਾਰੀ ਰੱਖੋ ਮੂੰਹ 'ਤੇ ਮਾਸਕ ਪਾਓ ਸਮਾਜੀ ਛੰਡੇ ਕੀਤੇ ਦੋ ਗੱਜ ਦੀ ਦੂਰੀ ਰੱਖੋ ਹੱਥ ਤੇ ਮੂੰਹਾਂ ਕੇ ਸਾਫ ਸੁਥਰਾ ਰੱਖਣੇ ਪਰ ਮੁਖ ਧਿਆਨ ਦਿਓ ਤੇ ਕੋਵਿਡ ਤੁਮਾਂ ਬਚਾਲਾ ਟੀਕਾ ਲਵਾਈ ਲਓ ਕੋਵਿਡ ਮੁਤਲਕ ਕੁਸਾ ਜਾਣਕਾਰੀ ਤੇ ਮਾਰਗਦਰਸ਼ਨ ਕਿਤਾ ਉਸ ਰਾਸ਼ਟਰੀ ਐਲਪਲਾਨਿੰਗ ਨੰਬਰੇ ਪਰ ਸੰਪਰਕ ਕਰੀ ਸਕਦੇ ਹੋ ਨੰਬਰ 01123978046 ਤੇ 1075 ਤੇ ਹੁਣ ਖਬਰਾਂ ਦੀ ਤਫਸੀਲ ਕਰਨਾ ਹੈ ਰਾਜੇਸ਼ ਮਨਸੋਤਰਾ ਉਪ ਰਾਜਪਾਲ ਮਨੋਜ सिन्हा ਨੇ ਜੰਮੂ ਕਸ਼ਮੀਰ ਚ ਕੋਵਿਡ 19 ਦੀ ਸਥਿਤੀ ਦਾ ਜਾਇਜ਼ਾ ਲੈਣ ਆਸਤੇ ਕੋਵਿਡ ਟਾਸਕ ਫੋਰਸ ਦੇ ਮੈਂਬਰ ਡਿਪਟੀ ਕਮਿਸ਼ਨਰ ਨੇ ਤੇ ਪੁਲਿਸ ਸੁਪਰਡੈਂਟ ਨੇ ਕੰਨਿਆ ਕੱਲ ਕਈ ਮੀਟਿੰਗਾਂ ਕੀਤੀਆਂ ਤੇ ਟੈਸਟ ਕਰਨੇ ਤੇ ਟੀਕੇ ਲਾਉਣ ਆਸਤੇ ਮਤੇਸ਼ਾ ਮਤੇ ਸਾਧਨ ਬਸੀਲਣ ਦੀ ਵਰਤਣੇ ਆਸਤੇ ਸੀਨੀਅਰ ਅਧਿਕਾਰੀਆਂ ਕੀ ਨਿਰਦੇਸ਼ ਦਿੱਤੇ ਉਹਨੇ ਆਖਿਆ ਜੇ ਕੋਵਿਡ-19 ਮਾਮਲੇ ਚ ਕਮੀ ਉਤਸ਼ਾਹਜਨਕ ਹੈ ਪਰ ਪ੍ਰਸ਼ਾਸਨ ਕੀ ਸੋਗੇ ਰੋਣੇ ਦੀ ਲੋੜ ਹੈ ਉਹਨੇ ਲੋਕਾਂ ਕੀ ਸਲਾਹ ਦਿੱਤੀ ਜੇ ਕੋਵਿਡ ਦਿਸ਼ਾ ਨਿਰਦੇਸ਼ਾਂ ਦਾ ਸਖਤੀ ਕਨੈ ਅਮਲ ਜਾਰੀ ਰੱਖਣ ਲੈਫਟਨੈਂਟ ਗਵਰਨਰ ਹੋ ਰਹੇ ਡੀਸੀਏ ਐਸਪੀਏ ਤੇ ਸਮਾਜ ਕਲਿਆਣ ਵਿਭਾਗ ਦੇ ਅਧਿਕਾਰੀਆਂ ਦੀ ਕੋਵਿਡ ਦੇ ਖਤਰੇ ਦਾ ਸਾਹਮਣਾ ਕਰਨ ਵਾਲੇ ਸਿਹਤ ਕਰਮੀਆਂ ਤੇ ਉਹਦੇ ਪਰਿਵਾਰਾਂ ਦੀ ਐਸਐਸਸੀਐਮ ਤਹਿਤ ਸਰਕਾਰ ਆਸਿਆ ਦਿੱਤੀ ਜਾ ਰਹੀ ਰਾਹਤ ਸਹਾਇਤਾ ਫੌਰਨ ਦੇਣ ਲਈ ਆਖਿਆ ਉਨੇ ਸਿਹਤ ਕਰਮੀਆਂ ਤੇ ਅਗੇਤਰੇ ਕਰਮੀਆਂ ਦੇ 100% ਟੀਕਾਕਰਨ ਦੀ ਇਸ ਮਹੀਨੇ ਦੇ ਆਖੀਰ ਤੱਕ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਉਨੇ 45 ਬਰੇ ਸ਼ਾ ਉਪਰ ਉਮਰੀਆਲੇ ਸਭਨੇ ਕੀ ਪਹਿਲਾ ਟੀਕਾ ਲਾਣ ਦੀ ਰਾਸ਼ਟਰੀ ਸਮੇਂ ਸੀਮਾ 3 ਜੂਨ ਸ਼ਾ ਪਹਿਲੇ ਕੰਮ ਪੂਰਾ ਕਰਨ ਦਾ ਨਿਰਦੇਸ਼ ਵੀ ਦਿੱਤਾ ਜਿਨੇ ਥਾਰੇ ਮਤੇ ਪੋਜ਼ਿਟਿਵ ਮਾਮਲੇ ਆਵਰਦਨ ਉਨੇ ਕੀ ਕੋਵਿਡ ਮਾਈਕਰੋ ਕੰਟੇਨਮੈਂਟ ਜ਼ੋਨ ਛੋਟ ਕਰਨੇ ਲਈ ਵੀ ਆਖਿਆ ਗਿਆ। ਉਨੇ ਲੋਕਾਂ ਕੀ ਅਪੀਲ ਕੀਤੀ ਜੋ ਟੀਕਾਕਰਨ ਅਭਿਆਨ ਦਾ ਅਭਿਆਨ ਚ ਜ਼ਿਲ੍ਹਾ ਪ੍ਰਸ਼ਾਸਨ ਕਰਨ ਦਾ ਸਹਿਯੋਗ ਕਰਨ। ਉਨੇ ਸਿਹਤ ਤੇ ਮੈਡੀਕਲ ਸਿੱਖਿਆ ਵਿਭਾਗ ਦੀ ਇੱਕ ਯੋਜਨਾ ਤਿਆਰ ਕਰਨ ਲਈ ਆਖਿਆ ਤਾਂ ਜੇ ਆਰ ਇੱਕ ਜ਼ਿਲ੍ਹੇ ਚ ਕੋਵਿਡ ਪ੍ਰਬੰਧਨ ਚ ਸ਼ਾਨਦਾਰ ਕਾਰਗਰਕੀ ਕਰਨੇ ਆਲੇਗੀ ਸਨਮਾਨਿਤ ਕੀਤਾ ਜਾਇ ਸਕੈ। ਮੀਟਿੰਗਾਂ ਜੋ ਉਪ ਰਾਜ ਪਾਲ ਹੋ ਰਹੇ ਕੋਵਿਡ-19 ਦੀ ਮੌਜੂਦਾ ਸਥਿਤੀ ਤੇ ਆਕਸੀਜਨ ਸੰਯੰਤਰਣ ਦਾ ਜਾਇਜ਼ਾ ਵੀ ਲੈਂਦਾ। ਪੁਲਿਸ ਮਹਾਂ ਨਿਦੇਸ਼ਕ ਦਿਲਬਖ ਸਿੰਘੋਰੀ ਆਖਿਆ ਹੈ ਜੇ ਜੰਮੂ ਕਸ਼ਮੀਰ ਪੁਲਿਸ ਦੂਏ ਸੁਰੱਖਿਆ ਬਲ ਨੇ ਪਾਕਿਸਤਾਨ ਆਸਿਆ ਚਲਾਏ ਜਾ ਰਹੇ ਅਤੰਕਵਾਦ ਕਨਾਂ ਪਿਛਲੇ ਤ੍ਰੈ ਦਸ਼ਕਾਂ ਸਾ ਮਤੇ ਚਿਰਤ ਹਮ ਸੰਘਰਸ਼ ਕਰਾਰ ਦੀ ਹੈ ਤੇ ਉਹਨੇ ਕੀ ਇਸ ਗੱਲਾ ਦਾ ਗਰਵ ਹੈ ਜੇ ਉਹਨ ਬੇਲਾ ਆਈ ਉਠਿਆ ਹੈ ਜਿਸਲੇ ਅਤੰਕਵਾਦ ਪਲਿਆ ਖਤਮ ਹੋਣ ਦੇ ਕੋਲ ਹੈ ਤੇ ਜੰਮੂ ਕਸ਼ਮੀਰ ਚ ਸਦਾ ਲਈ ਸ਼ਾਂਤੀ ਕਾਇਮ ਹੋਈ ਜਾਗ ਉਨੀਆਖਿਆ ਜੇ ਜੰਮੂ ਕਸ਼ਮੀਰ ਚ ਬੜੇ ਸਕਾਰਾਤਮਕ ਸੁਧਾਰ ਹੋ ਰਹੇ ਹਨ ਜਿੰਦੇ ਚ ਜੰਮੂ ਕਸ਼ਮੀਰ ਪੁਲਿਸ ਦੀ ਬੜੀ ਟਕੋਦੀ ਭੂਮਿਕਾ ਹੈ ਡੀਜੀਪੀ ਔਰ ਤਲਵਾਰਾ ਰਿਆਸੀ ਚ ਕਾਂਸਟੇਬਲੀਆਂ ਦੇ 15ਵੇਂ ਬੀਆਰਟੀਸੀ ਬੈਚ ਦੀ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਕਰਾਰਦੇ ਹੈ ਉਨੇ ਸਿਖਲਾਈ ਪੂਰੀ ਕਰਨ ਵਾਲੇ ਗੀ ਮੁਬਾਰਕ ਤੇ ਦਿੱਦ ਜੰਮੂ ਕਸ਼ਮੀਰ ਪੁਲਿਸ ਪਰਿਵਾਰ ਚ ਉਹਨ ਦਾ ਸਵਾਗਤ ਕੀਤਾ ਡੀਜੀਪੀ ਨੇ ਆਖਿਆ ਜੇ ਅਤਿਨਕਵਾਦੀ ਦੀ ਗਿਣਤਰੀ ਉਹ ਬੜੀ ਥੋੜੀ ਰਹੀ ਗਈ ਤੇ ਤੌਲੇ ਗਿਆ ਇਹਦੇ ਚ ਹੋਰ ਕਮੀ ਹੋਗ ਜੰਮੂ ਕਸ਼ਮੀਰ ਸਸ਼ਸਤ ਪੁਲਿਸ ਤੇ ਐਗਜ਼ੀਕਿਊਟਿਵ ਪੁਲਿਸ ਦੇ 15ਵੇਂ ਬੁਨਿਆਦੀ ਸਿਖਲਾਈ ਬੀਆਰਟੀਸੀ ਬੈਚ ਦੇ 604 ਕਾਂਸਟੇਬਲਿੰ ਦੀ ਕੱਲ ਐਸਟੀਸੀ ਤਲਵਾੜਾ ਚ ਪਾਸਿੰਗ ਆਊਟ ਪਰੇਡ ਹੋਈ ਡੀਜੀਪੀ ਦਿਲਬਾਗ ਸਿੰਘ ਹੋਰ ਇਸ ਮੌਕੇ ਉੱਪਰ ਮੁੱਖ ਅਤੀਤੀ ਹੈ ਇਹ ਬੈਚ ਪ੍ਰਦੇਸ਼ ਦੇ ਬਖਬਖ ਇਲਾਕੇ ਥਮਾ ਯੋਗ ਰੰਗ ਰੂਟੇ ਪਰ ਆਧਾਰਿਤ ਹੈ ਸਭੈ ਸਖੇਤਰੂ ਸਖਤ ਸਿਖਲਾਈ ਮਗਰਾ ਸ਼ਾਨਦਾਰ ਕਾਮਯਾਬੀ ਹਾਸਲ ਕਰੀ ਹੈ ਜੰਮੂ ਕਸ਼ਮੀਰ ਪੁਲਿਸ ਸੇਵਾ ਚ ਸ਼ਾਮਿਲ ਹੋਈ ਗਏ ਭਾਰਤ ਤੇ ਚੀਨ ਪੂਰਬੀ ਲਦਾਖ ਚ ਅਸਲ ਕਬਜ਼ਾ ਰੇਖਾ ਪਰ ਬਾਕੀ ਰਹਿੰਦੇ ਮੁੱਦੇ ਦਾ ਪਿਛਲੇ ਬਰੇ ਦੋਨੇ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵਿਚਕਾਰ ਹੋਏ ਦੇ ਸਮਝੌਤੇ ਦੇ ਮੁਜਬ ਤੌਲੇ ਸਮਾਧਾਨ ਕੱਢਣ ਦੀ ਜ਼ਰੂਰਤ ਹੈ ਪਰ ਸਹਿਮਤ ਹੋਏ ਇਹ ਇਸ ਸਰਬੰਧਾ ਚ ਦਬਾ ਤੜੇ ਤਨਾਜ਼ੀ ਆਲੀ ਸਭ ਨੇ ਥਾਰੇ ਤੁਮਾ ਪਿੱਛੇ ਹਟਨੇ ਬਾਰੇ ਕੁਝ ਮੰਨਉਂਦੇ ਹਾਲੇ ਤੱਕ ਕਰਪੂਜ ਨੇ ਲਈ ਕੂਟਨੀਤਿਕ ਤੇ ਸੈਨਿਕ ਸਤਰ ਉਪਰ ਗੱਲਬਾਤ ਤੇ ਸੰਪਰਕ ਬਣਾਈ ਰੱਖਣੇ ਉਪਰ ਵੀ ਰਾਜ਼ੀ ਹੋਏ ਭਾਰਤ ਚੀਨ ਸੀਮਾ ਮਾਮਲੇ ਬਾਰੇ ਸਲਾਹ ਸੂਤਰ ਤੇ ਤਾਲਮੇਲ ਦੇ ਕਾਰਜਕਾਰੀ ਸ੍ਰਿਸ਼ਤੇ ਦੀ ਕੱਲ 22ਵੀਂ ਬੈਠਕ ਹੀ ਜਿਸ ਸੇ ਚ ਦਵੈ ਧੜੇ ਫਿਲਹਾਲ ਜ਼ਮੀਨੀ ਸਥਿਰਤਾ ਬਣਾਈ ਰੱਖਣੇ ਤੇ ਕੁਸੇ ਵੀ ਮਾੜੀ ਵਾਰਤਾ ਤੋਂ ਬਚਣੇ ਲਈ ਮੰਨਗੇ ਦਵੈ ਮੁਲਕ ਸੀਨੀਅਰ ਕਮਾਂਡਰੀ ਦੀ ਅਗਲੀ ਬੈਠਕ ਤੌਲਿ ਲਵਾਨ ਆਸਤੇ ਵੀ ਰਾਜ਼ੀ ਹੋਣ ਤਾਂ ਜੇ ਪੱਛਮੀ ਸੈਕਟਰ ਚ ਐਲ ਏ ਸੀ ਪਰ ਮੌਜੂਦਾ ਦਬੱਕੀ ਸਮਝੌਤੇ ਮੁਜਬ ਤਨਾਜ਼ੀ ਵਾਲੀ ਸਬਣੀ ਥਾਰੇ ਥਮਾ ਸੇਨਾ ਪਰਤਾਣੇ ਦਾ ਲਕਸ਼ ਅਸਲ ਕੀਤਾ ਜਾイ ਸਕਿਆ ਜੰਮੂ ਕਸ਼ਮੀਰ ਸਰਕਾਰ ਨੇ ਆਪਣੀ ਫਿਲਮ ਨੀਤੀ ਦੇ ਤਹਿਤ ਫਿਲਮ ਨਿਰਮਾਤਾ ਅਤੇ ਦੂਗੇ ਫਿਲਮ ਉਦਯੋਗ ਨਾਲ ਜੁੜੇ ਦੇ ਲੋਕਿਆਂ ਦਾ ਆਨਲਾਈਨ ਪੰਜੀਕਰਨ ਸ਼ੁਰੂ ਕੀਤਾ ਹੈ ਜੰਮੂ ਕਸ਼ਮੀਰ ਫਿਲਮ ਨੀਤੀ ਤਹਿਤ ਫਿਲਮ ਉਦਯੋਗ ਦੇ ਵੱਖ-ਵੱਖ ਹਨਰੇ ਅਭਿਨੇਤਾਏ ਫੈਸ਼ਨ ਡਿਜ਼ਾਈਨਰਏ ਡਾਂਸਰਏ ਕੋਰੀਓਗ੍ਰਾਫਰਏ ਸਿਨੇਮੈਟੋਗ੍ਰਾਫਰਏ ਤੇ ਹੋਰਨਾਂ ਦੀ ਪंजीकरण ਕਰਾਉਣ ਆਸਤੇ ਪ੍ਰੇਰਿਤ ਕੀਤਾ ਜਾ ਰਦਾ ਤੇ ਇਹਦੇ ਲਈ ਲਿੰਕ ਹੈ tinyurl.com/jkfilmpolicy ਇਹਦੀ ਆਖਰੀ ਤਾਰੀਖ 10 ਜੁਲਾਈ 2021 ਹੈ ਇਹ ਖਬਰਾਂ ਤੋਂ ਆਕਾਸ਼ਵਾਨੀ ਜੰਮੂ ਤੁਮਾ ਸੁਨਾਰ ਦਿਓ ਬਾਕੀ ਦੀ ਖਬਰیں ਕਰਨਾ ਹੈ ਨਰੇਸ਼ ਸ਼ਰਮਾ ਜੰਮੂ ਕਸ਼ਮੀਰ ਸਰਕਾਰ ਐ ਪੱਟੀਦਰਜ ਜਨਜਾਤੀਏ ਇਲਾਕਿਆਂ ਚ ਸੰਗਠਿਤ ਗ੍ਰਾਮੀਣ ਵਿਕਾਸ ਸਕੀਮ ਲਾਗੂ ਕਰਨੇ ਪਰ ਕੰਮ ਸ਼ੁਰੂ ਕਰ ਦਿੱਤਾ ਹੈ ਨਵੀਂ ਸਕੀਮ ਚ ਕਬੀਲਾ ਇਲਾਕਿਆਂ ਚ ਵਿਸ਼ੇਸ਼ ਕੇਂਦਰੀ ਮਦਦ ਕਰਨਾ ਹੈ ਗ੍ਰਾਮੀਣ ਵਿਕਾਸ ਯੋਜਨਾ ਤਿਆਰ ਕਰਨਾ ਵੀ ਸ਼ਾਮਲ ਹੈ ਕੋਈ 400 ਗ੍ਰਾਹਾਂ ਚ ਇਸ ਸਕੀਮ ਅਧੀਨ ਬੁਨਿਆਦੀ ਢਾਂਚੇ ਦੀ ਪਰਭਾਈ ਆਸਤ ਹੈ 80 ਕਰੋੜ ਰੁਪਏ ਦੇ ਵਿਸ਼ੇਸ਼ ਗ੍ਰਾਂਟ ਦਿੱਤੇ ਜਾਗ ਇਸ ਸਕੀਮਾ ਕੀ ਕਬੀਲਾ ਮਾਮਲੇ ਤੇ ਗ੍ਰਾਮੀਣ ਵਿਕਾਸ ਮਹਿਕਮੇ ਪਾਸੋਂ ਲਾਗੂ ਕੀਤਾ ਜਾ ਕਰਦਾ ਹੈ ਕਬੀਲਾ ਮਾਮਲੇ ਸਰਪੰਦੀ ਮਹਿਕਮੇ ਦੇ ਸਚਿਵ ਸ਼ਾਹਿਦ ਇਕਵਾਲ ਚੌਧਰੀ ਹੋ ਰਹੇ ਹਨ 500 თਮਾ ਬਦ ਕਬੀਲਾ ਵਾਦੀ ਵਾਲੇ ਗਰਾਂਵਾਸਤ ਵਿਕਾਸ ਯੋਜਨਾ ਤਿਆਰ ਕਰਨ ਲਈ ਜ਼ਿਲ੍ਹਾ ਸਤਰ ਦੀਆਂ ਟੀਮਾਂ ਨੇ ਇੱਕ ਮੀਟਿੰਗ ਲਈ ਬਿਜਲੀ ਵਿਕਾਸ ਮਹਿਕਮੇ ਆਸੇ ਆਉਮਾਇਨਾ ਕਰਨ ਤੇ ਸਰਟੀਫਿਕੇਟ ਜਾਰੀ ਕਰਨੇ ਸਰਪੰਦੀ ਸੱਭੇ ਕੰਮਾਂ ਇਹ ਤੌਲੇਗਾ ਆਨਲਾਈਨ ਮਾਧਿਅਮ ਰਾਹੀਂ ਕੀਤਾ ਜਾਗਣ ਇਹ ਜਾਣਕਾਰੀ ਇਹ ਵਿਜਲੀ ਵਿਕਾਸ ਵਿਭਾਗ ਦੇ ਪ੍ਰਿੰਸੀਪਲ ਸਚੇਪਾ ਰੋਹਿਤ ਕੰਸਲ ਹੋ ਰਹੇ ਬਿਜਲੀ ਸੈਕਟਰ ਤੇ ਸੂਚਨਾ ਟੈਕਨੋਲੋਜੀ ਤੇ ਸੰਚਾਰ ਡਿਵੀਜ਼ਨਿੰਗ ਦੀ ਮਜ਼ਬੂਤ ਬਣਾਉਣੇ ਬਾਰੇ ਲਈਗੇ ਦੀ ਇੱਕ ਮੀਟਿੰਗ ਚ ਦਿੱਤੀ ਮੀਟਿੰਗ ਚ ਦੱਸਿਆ ਗਿਆ ਜੇ ਪ੍ਰਾਈਵੇਟ ਤੇ ਸਰਕਾਰੀ ਉਪਭੋਗਤਾ ਉਹਨਾਂ ਨਿਰੀਖਣ ਤੇ ਲੋਡ ਦੇ ਭੁਗਤਾਨ ਅਸਤ ਹੈ ਆਨਲਾਈਨ ਅਰਜ਼ੀ ਦੇ ਸਕਣ ਤੇ ਉਹਨਾਂਗੇ ਸਰਟੀਫਿਕੇਟ ਵੀ ਆਨਲਾਈਨ ਗੈਮ ਹੋਇਆ ਕਰਾਏ ਜਾਣਗੇ ਇਹਦੇ ਤਾਈਂ ਵੈਬਸਾਈਟ ਤੌਲੇਗਾ ਜਾਰੀ ਕਰ ਦਿੱਤੇ ਜਾਗ ਜੰਮੂ ਤੇ ਟੈਟ ਰੀਜਨਲ ਕਮਿਸ਼ਨਰ ਡਾਕਟਰ ਅਰਾਗਵ ਲੰਗਰ ਹੋਰੇ ਕੱਲ ਇੱਕ ਬੈਠਕ ਤੇ ਪਤਨੀ ਟਾਪ ਵਿਕਾਸ ਪ੍ਰਾਧਾਨ ਦੇ ਕੰਮ ਕਾਜ ਤੇ ਪਤਨੀ ਟਾਪ ਤੇ ਬਟੋਦ ਦੇ ਆਲਦ ਵਾਲਾ ਚਲਾਇਆ ਜਾ ਕਰਦੇ ਬਖ ਬਖ ਵਿਕਾਸ ਕੰਮੇ ਦਾ ਜਾਇਜ਼ਾ ਲਿਆਤਾ ਮੀਟਿੰਗ ਚ ਹੋਰ ਨੇ ਕੰਮੇ ਦੇ ਇਲਾਵਾ ਪਤਨੀ ਟਾਪ ਚ ਠੋਸ ਕਚਰੇ ਦੇ ਪ੍ਰਬੰਧਨ ਵਾਲੀ ਪਰਿਯੋਜਨਾ ਪਤਨੀ ਟਾਪ ਸੁਧ ਮਹਾਦੇਵ ਮੰਤਲਾਈ ਸਰਕਟ ਪਤਨੀ ਟਾਪ ਸਨਸਰ ਸਰਕਟ ਤੇ ਯੋਗ ਕੇਂਦਰ ਦੇ ਕੰਮੇ ਦੀ ਵੀ ਸਮੀਖਿਆ ਕੀਤੀ ਗਈ ਉਹਨੇ ਅਧਿਕਾਰੀਆਂ ਗਏ ਪਤਨੀ ਟਾਪ ਚ ਹਰ ਗਰਮੀਆਂ ਤੇ ਸਿਆਲ ਮੇਲੇ ਦਾ ਆਯੋਜਨ ਕਰਨ ਦੇ ਨਿਰਦੇਸ਼ ਦਿੱਤੇ ਤੇ ਇਲਾਕੇ ਚ ਸਹਾਸੀ ਸੈਰ ਸਫਾ ਦੇ ਬੜਾ ਵਿਆਸਤ ਹੋ ਪਾ ਕਰਨ ਦਾ ਆਖਿਆ ਉਹਨੇ ਇਲਾਕੇ ਚ ਪਾਣੀ ਤੇ ਬਿਜਲੀ ਦੀ ਨਿਰਬੰਘਨ ਸਪਲਾਈ ਯਕੀਨੀ ਬਣਾਉਣ ਤਾਂ ਵੀ ਆਖਿਆ ਜੰਮੂ ਕਸ਼ਮੀਰ ਚ ਕੋਵਿਡ 19 ਦੇ 498 ਨਵੇਂ ਪੋਜ਼ਿਟਿਵ ਮਾਮਲੇ ਕੱਲ੍ਹ ਦਰਜ ਹੋਏ ਜਿੰਦੇ ਚ 209 ਜੰਮੂ ਡਿਵੀਜ਼ਨ ਦੇ ਤੇ 299 ਕਸ਼ਮੀਰ ਡਿਵੀਜ਼ਨ ਥਾਵੇਂ ਹੈ ਇਹਨਾਂ ਦੇ ਪਈਆ ਪ੍ਰਦੇਸ਼ ਚ ਅਜੇ ਤੱਕ ਆਉਣ ਵਾਲੇ ਮਾਮਲਿਆਂ ਦੀ ਕੁੱਲ ਗਿਣਤਰੀ 3113000 974 ਤੋਂ ਡਿਜੀ ਗਈ ਹੈ ਕੋਵਿਡ-19 ਕਰੀਏ 7 ਮੌਤਾਂ ਦੀ ਵੀ ਖਬਰ ਹੈ ਜਿੰਦੇ ਚਾ ਪੰਜ ਜੰਮੂ ਡਿਵੀਜ਼ਨ ਤੇ ਦੋ ਕਸ਼ਮੀਰ ਡਿਵੀਜ਼ਨ ਚ ਹੋਈਆਂ ਕੱਲ ਮਿਓਕਰ ਮਾਈਕੋਸਿਸ ਦੇ ਇੱਕ ਨਵੇਂ ਮਾਮਲੇ ਦੀ ਵੀ ਪੁਸ਼ਟੀ ਹੋਈ ਹੈ ਸਰਕਾਰਾਂ ਜੰਮੂ ਕਸ਼ਮੀਰ ਦੇ ਨਾਗਰਿਕਾਂ ਲਈ ਸਪੈਸ਼ਲਿਸਟ ਤੇ ਐਮਬੀਬੀਐਸ ਡਾਕਟਰਾਂ ਦੀ ਆਪੀਡੀ ਸੇਵਾਇੰਗੇ ਮੁਫਤ ਟੈਲੀ ਕੰਸਲਟੇਸ਼ਨ ਅਰਾਏ ਦੇਣਾ ਵੀ ਸ਼ੁਰੂ ਕੀਤਾ ਗਿਆ ਹੈ ਲੋਕ ਇਸੇ ਸੇਵਾ ਦਾ ਲਾਭ ਆਪਣੇ ਘਰੇ ਚ ਬਈਏ ਵੈਬ ਪੋਰਟਲ e-sanjeevaniopd.in ਉਪਰ ਆਨਲਾਈਨ ਦਰਜ ਕਰਾਈ ਹੈ ਲੈ ਸਕਦੇ ਹਨ ਇਹ ਸੇਵਾ ਸੋਮਵਾਰ ਤੋਂ ਸ਼ਨੀਵਾਰ ਨੂੰ ਬੜਲੇ 10 ਵਜੇ ਸ਼ਾਮ 4 ਵਜੇ ਤੱਕ ਉਪਲਬਧ ਰਹੂਗਾ ਕਠੂਬਾ ਜ਼ਿਲ੍ਹੇ ਦੇ ਇਰਾਨਗਰ ਦੇ ਸੈਕਟਰ 18 ਸ਼ਾਮਤੀ ਉਮਰੀਆਲੇ ਦੇ ਟੀਕਾ ਕਰਨ ਅਭਿਆਨ ਚ ਲੋਕ ਉਤਸ਼ਾਹ ਕਨ ਇਸਾ ਲੈ ਕਰਦੇ ਹਨ ਇਰਾਨਗਰ ਬੰਨੇ ਦੇ ਅਖੀਰਲੇ ਗ੍ਰਾਮ ਬਵਈਆਂ ਦੇ ਨੌਜਵਾਨੇ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਪੀਐਚਸੀ ਵੈਲਨੈਸ ਸੈਂਟਰ ਬਵੇਈਆਂ ਚ ਲੈਤੀ ਸੀਐਮਓ ਕਠੂਆ ਡਾਕਟਰ ਅਸ਼ੋਕ ਚੌਧਰੀਓ ਨੇ ਦੱਸਿਆ हमारी कोशिश है कि पीएससी से डाउन सब सेंटर लेवल तक ये हर जगह कैंप लगाए जाएंगे और जो वैक्सीन है वो 100 परसेंट कवर कर हमने बॉर्डर एरियाज के लिए जो सब सेंटर्स हैं हमारे ईरान में पड़ते हैं उन सब जगह पे वैक्सीनेशन की सुविधा हर दिन रहे देखिए बड़ा अच्छा रिस्पॉन्स मिल रहा है पब्लिक आ रही है इसमें अपने आप आपको वैक्सीनेट कराने के लिए क्योंकि पब्लिक की समझ में ये आ चुका है की वैक्सीनेशन ही एक माध्यम है जिससे की हम इस वायरस से बच सकते हैं आखिर मुख एक बार फिर ਉਪ ਰਾਜਪਾਲ ਮਨੋਜ ਸਿੰਘ ਹੋਰੇ ਕੋਵਿਡ ਟਾਸਕ ਫੋਰਸ ਡਿਪਟੀ ਕਮਿਸ਼ਨਰ ਹੋਰੇ ਤੇ ਪੁਲਿਸ ਸੁਪਰਡੈਂਟ ਹੋਰੇ ਨੇ ਮੀਟਿੰਗਾਂ ਲਾਈਆਂ ਤੇ ਅਧਿਕਾਰੀਆਂ ਗੀ ਮਜ਼ਬੂਤ ਸਿਸਤੇ ਰਹਿਣ ਲੋਕਾਂ ਦੇ ਜੀਵਨ ਤੇ ਜੀਵਿਕਾ ਦੀ ਰਾਖੀ ਕਰਨ ਦੇ ਨਿਰਦੇਸ਼ ਦਿੱਤੇ ਪੁਲਿਸ ਮੁਖੀ ਨਿਦੇਸ਼ਕ ਦਿਲਬਖ ਸਿੰਘ ਹੋਰੇ ਆਖਿਆ ਜੇ ਆਸਿਕ ਨਵੇਂ ਮੁਕਾਮ ਪਹਾਈ ਪੁੱਜੀਆਂ ਜਿੱਥੇ ਅਤੰਕਵਾਦ ਪੂਰੀ ਚਾਲੀ ਖਤਮ ਕਰਨੇ ਤੇ ਜੰਮੂ ਕਸ਼ਮੀਰ ਚ ਸਥਾਈ ਸ਼ਾਂਤੀ ਬਹਾਲ ਕਰਨੇ ਆਸਤਾ ਥੋੜੇ ਗਾ ਹੋਰ ਯਤਨ ਕਰਨੇ ਦੀ ਲੋੜ ਹੈ ਭਾਰਤ ਚੀਨ ਪੂਰਬੀ ਲਦਾਖ ਚ ਅਸਲ ਕਬਜ਼ਾ ਰೇಖਾ ਪਰ ਬਾਕੀ ਬਚੇ ਦੇ ਮਸਲੇ ਦਾ ਤੌਲੇ ਸਮਾਧਾਨ ਕਰਨ ਦੀ ਜ਼ਰੂਰਤ ਹੈ ਪਰ ਸਹਿਮਤ ਹੋਈਗੇ ਤੇ ਬਿਜਲੀ ਵਿਕਾਸ ਵਿਭਾਗ ਆਸਿਆ ਮੁਆਇਨੇ ਤੇ ਸਰਟੀਫਿਕੇਟ ਜਾਰੀ ਕਰਨ ਦਾ ਸਾਰਾ ਕੰਮ ਤੌਲੇ ਗਿਆ ਆਨਲਾਈਨ ਕਰ ਦਿੱਤਾ ਜਾ ਇਹ ਦੇ ਕੰਨਿਆਗੇ ਇਸ ਬੁਲੇਟਿਨ ਦੇ ਸਮਾਚਾਰ ਸਮਾਪਤ ਹੋਏ